ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਜੀ। ਉਮੀਦ ਕਰਦੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ। ਜਾਨਵਰ ਇਹਨਾਂ ਦੇ ਇਲਾਕੇ ਦੇ ਵਿੱਚ ਨਾਯਾਬ ਜਾਨਵਰ ਆ, ਮਾਸ਼ਾਅੱਲਾ ਖੂਬਸੂਰਤ ਜਾਨਵਰ ਆ। ਅਤੇ ਜਿਹੜੇ ਦੋਸਤ ਸ਼ੌਕ ਕਰਦੇ ਇਹਨਾਂ ਚੀਜ਼ਾਂ ਦਾ, ਬੱਕਰੀਆਂ ਦਾ ਸ਼ੌਕ ਸਮਝਦੇ ਆ, ਉਹ ਆਪੇ ਜਾਨਵਰ ਵੇਖ ਕੇ ਸ਼ੌਕ ਵੇਖ ਲੈਣਗੇ ਵੀ ਵਾਕਿਆ ਜਾਨਵਰ ਨਾਯਾਬ ਇਹਨਾਂ ਦੇ ਮਾਸ਼ਾਅੱਲਾ। ਪਾਕਿਸਤਾਨ ਦੇ ਵਿੱਚ ਇਹਨਾਂ ਦੇ ਕਹਿ ਲਓ ਵੀ ਪੰਜਾਬ ਲੈਵਲ 'ਤੇ ਨਹੀਂ, ਪਾਕਿਸਤਾਨ ਲੈਵਲ 'ਤੇ ਇਹਨਾਂ ਦੇ ਖੂਬਸੂਰਤ ਜਾਨਵਰ ਗਿਣੇ ਜਾਂਦੇ ਮਾਸ਼ਾਅੱਲਾ। ਬਰੀਡਰ ਵੱਧ ਤੋਂ ਵੱਧ ਹੁੰਦਾ ਇਹਨਾਂ ਕੋਲ, ਬੱਕਰੀਆਂ ਵੱਧ ਤੋਂ ਵੱਧ ਚੰਗੀਆਂ ਨਮੈਸ਼ੀ ਬੱਕਰੀਆਂ ਹੁੰਦੀਆਂ, ਦੁੱਧ ਦੀਆਂ ਚਵਾਈਆਂ ਚੁਈਆਂ 'ਤੇ ਵੀ ਲਿਜਾਂਦੇ ਆ। ਅੱਗੇ ਅਸੀਂ ਗੱਪ ਸ਼ੱਪਾਂ ਮਾਰਦੇ ਪਏ ਸੀਗੇ, ਫੈਸਲਾਬਾਦ ਇਹਨਾਂ ਚਵਾਈ 'ਤੇ ਲਿਜਾਣੀਆਂ ਬੱਕਰੀਆਂ ਮਾਸ਼ਾਅੱਲਾ, ਉਹ ਘਰ ਤਿਆਰੀ 'ਤੇ ਲੱਗੀਆਂ ਹੋਈਆਂ ਵਾ। ਅਤੇ ਅੱਲਾ ਖੈਰ ਕਰੇ, ਤੁਹਾਨੂੰ ਇਹਨਾਂ ਸ਼ੌਕ ਵਿਖਾਉਣੇ ਆ, ਦੇਖੋ ਸਾਰੇ ਜਾਣਾ। ਅਸਲਾਮ ਵਾਲੇਕੁਮ ਰਿਆਜ਼, ਕੀ ਹਾਲ ਆ? ਠੀਕ ਠਾਕ। ਚੈੱਕ ਕਰਾਓ ਆਪਣੀਆਂ ਬੱਕਰੀਆਂ ਮਾਸ਼ਾਅੱਲਾ, ਅਤੇ ਕੀ ਭਾਅ ਪੂਰੇ ਉਹਨਾਂ ਨੂੰ, ਅਤੇ ਉਸ ਤੋਂ ਬਾਅਦ ਬੱਕਰੀਆਂ ਆਪਣੀਆਂ ਕਿੰਨੀਆਂ ਸੂਈਆਂ ਕਿੰਨੀਆਂ ਕੱਢਣ ਇਸ ਟਾਈਮ, ਅਤੇ ਸਵਾਈ ਸਵਾਈ ਵਾਲੀਆਂ ਕਿਹੜੀਆਂ ਬੱਕਰੀਆਂ ਆਪਣੀਆਂ? ਉਹ ਤਾਂ ਘਰ ਹੈਗੀਆਂ। ਹਾਂ, ਅਤੇ ਬਸ ਆ ਇੱਥੇ ਆ ਬੱਕਰੀ ਚਾਰ ਬੱਕਰੀਆਂ ਮਾਸ਼ਾਅੱਲਾ। ਦੇਖੋ ਚੌੜੇ ਪੇਟੇ ਵੀ ਆ, ਗੱਬਣ ਵਾ। ਹਾਂ, ਗੱਬਣ ਬੱਕਰੀ ਆ, 3-3.5 ਮਹੀਨੇ ਦੀ ਹੋਣੀ। ਹਾਂਜੀ, 3.5 ਮਹੀਨੇ ਦੀ ਮਾਸ਼ਾਅੱਲਾ। ਕੱਦ ਬਹੁਤ, ਲੱਤ ਮੋਟੀ ਸੋਹਣੀ, ਨੱਕ ਨਕੋੜਾ, ਕੰਨ ਸ਼ਨ ਵੀ ਇਹਦੇ ਸੋਹਣੇ ਆ, ਚੌੜੇ ਪੇਟੇ ਦੀ ਆ, ਅਤੇ ਨਿਆਬ ਪ੍ਰਿੰਟ ਲੱਗਿਆ, ਬੜੇ ਪਿਆਰੇ ਪ੍ਰਿੰਟ ਦੀ ਆ ਮਾਸ਼ਾਅੱਲਾ। ਉਸ ਤੋਂ ਬਾਅਦ ਦੂਸਰੇ ਸ਼ੌਕ ਵੀ ਵੇਖੋ ਇਹਨਾਂ ਦੇ ਮਾਸ਼ਾਅੱਲਾ। ਆਹ ਬੱਕਰੀ ਚੈੱਕ ਕਰੋ ਕਿੱਡੀ ਸੋਹਣੀ, ਕਿੱਡਾ ਪਿਆਰਾ ਪ੍ਰਿੰਟ ਲੱਗਿਆ, ਕਾਲੀ ਬੀਤਲ ਅੰਮ੍ਰਿਤਸਰੀ, ਬਹੁਤ ਪਿਆਰੀ ਜਾਨਵਰ। ਆਹ ਪਕੌੜਾ ਇਹਨਾਂ ਦਾ ਬੜਾ ਪਿਆਰਾ ਮਾਸ਼ਾਅੱਲਾ। ਖੀਰਾ ਹੀ ਅਜੇ ਪਈ ਰਿਆਜ਼? ਦੁੰਦਾ ਹੈ, ਦੁੰਦਾ ਹੁਣ ਹੋਇਆ। ਕੱਦ ਦੇਖੋ ਇਹਦਾ ਕਿੱਡਾ ਮਾਸ਼ਾਅੱਲਾ, ਹੁਣ ਅਜੇ ਦੁੰਦਾ ਹੁੰਦਾ ਪਿਆ ਜੀ, ਬਹੁਤ ਪਿਆਰਾ ਬੱਕਰਾ। ਲੱਤ ਸ਼ਾਹ ਤੇ ਵੇਖੋ ਕਿੱਡੀ ਮੋਟੀ ਆ, ਤਾਜ਼ਾ ਤਾਜ਼ਾ ਇਹ ਦੁੰਦਾ ਹੋਇਆ ਵਾ, ਬਿਹਤਰੀਨ ਬੇਲ ਇਹਦੀ ਬੜੀ ਪਿਆਰੀ ਆ, ਅਤੇ ਹਾਈਟ ਚੰਗੀ ਲੱਗੀ, ਸਿੰਘ ਚੱਪੂ ਲੱਗਿਆ ਹੋਇਆ ਮਾਸ਼ਾਅੱਲਾ, ਕੰਨ ਬੜਾ ਲਾਪਰ ਲੱਗਿਆ ਹੋਇਆ, ਅਤੇ ਬੜਾ ਖੂਬਸੂਰਤ ਬਠੋਰਾ, ਸਿਰ ਬੜਾ ਇਹਦਾ ਮਾਸ਼ਾਅੱਲਾ ਪਿਆਰਾ ਵਾ ਇਹਦਾ, ਜਿਵੇਂ ਚੀਰ ਕੱਢਿਆ ਦਾ ਚੀਰ ਵਿਚਾਲਿਆ, ਇਹਦਾ ਖੂਬਸੂਰਤ ਬਠੋਰਾ ਮਾਸ਼ਾਅੱਲਾ। ਸ਼ੌਕ ਇਹਨਾਂ ਦੇ ਸਾਰੇ ਸੋਹਣੇ ਆ ਮਾਸ਼ਾਅੱਲਾ। ਦੇਖੋ ਇਕੱਲੇ ਇਕੱਲਾ ਜਾਨਵਰ ਤੁਸੀਂ ਦੇਖੀ ਜਾਂਦੇ ਆ, ਪਹਿਲਣ ਪਾਠਾ ਮਾਸ਼ਾਅੱਲਾ ਹੁਣ ਫਲੀ ਆ ਜੀ, ਅਤੇ ਦੋਂਦੀ ਜਾਣ ਜੇ, ਅਤੇ ਹਾਂ ਇੱਕ ਚੈੱਕ ਕਰੋ ਇਹਦੀ ਥਾਂ ਜੇ, ਕੱਢਦੀ ਪਈ ਆ ਥਾਣੇ ਦੇ, ਦੇਖੋ ਮਾਸ਼ਾਅੱਲਾ, ਆਹ ਦੇਖੋ ਥਾਣੇ ਦੇ ਕਿੱਡੇ ਪਿਆਰੇ ਜੇ, ਹੁਣ ਨਵੀਂ ਦੁੱਧ ਹੋਈ ਹੋਈ ਹੈ ਮਾਸ਼ਾਅੱਲਾ, ਦੇਖੋ ਕਿੱਡੀ ਖੂਬਸੂਰਤ ਪਾਠਾ, ਅਤੇ ਉਹ ਅੰਮ੍ਰਿਤਸਰੀ ਬੀਤਲ ਆ ਮਾਸ਼ਾਅੱਲਾ, ਬਹੁਤ ਖੂਬਸੂਰਤ ਪਾਠਾ ਇਹ। ਅਤੇ ਦੋਂਦੀ ਤੋਂ ਬਾਅਦ ਭਾਈ ਰਿਆਜ਼ ਕਰਾਉਂਦੇ ਨੇ ਜਾਨਵਰ ਸਾਰੇ? ਹਾਂਜੀ, ਕੋਈ ਦੋਂਦੇ ਤੋਂ ਬਾਅਦ, ਕੋਈ ਚੌਗੇ ਤੋਂ ਬਾਅਦ। ਠੀਕ ਹੋ ਗਿਆ, ਸਾਰੇ ਜਾਨਵਰ ਖੂਬਸੂਰਤ ਆ ਮਾਸ਼ਾਅੱਲਾ। ਭਾਈ ਬੱਕਰੀ ਬੜੀ ਪਿਆਰੀ ਹੈ, ਖੂਬਸੂਰਤ ਬੱਕਰੀ ਹੈ ਮਾਸ਼ਾਅੱਲਾ। ਹਾਂ, ਪਠੋਰੀ ਹੋਰ ਲੈ, ਸੋਹਣੀ ਹੈ ਮਾਸ਼ਾਅੱਲਾ। ਤੇ ਹੋਰ ਵੀ ਚੈੱਕ ਕਰਾਓ ਹੋ ਸਾਨੂੰ, ਕੋਈ ਖੂਬਸੂਰਤ ਜਾਨਵਰ, ਹਰ ਜਾਨਵਰ ਹੀ ਵੱਧ ਤੋਂ ਵੱਧ ਇਹਨਾਂ ਦਾ ਮਾਸ਼ਾਅੱਲਾ, ਚੰਗੀ ਹਾਈਟ ਦੇ ਮਾਸ਼ਾਅੱਲਾ। ਆ ਵੀ ਗੱਬਣ, ਆ ਗੱਬਣ ਇਹਨਾਂ ਦੀ, ਆ ਵੀ ਸ਼ੇਰੇ ਪ੍ਰਿੰਟ ਦੀ ਹੈ ਮਾਸ਼ਾਅੱਲਾ, ਤੇ ਕਮਾਂਡੋ ਕਲਰ ਦੀ ਬੜੀ ਪਿਆਰੀ ਬੱਕਰੀ ਹੈ ਜੀ। ਨੇ ਕਿੰਨੇ ਸੂਏ ਭਾਈ ਰਿਆਜ਼? ਤੀਸਰੇ, ਤੀਸਰਾ ਸੂਆ ਸੂਣਾ ਨੇ ਹੁਣ ਮਾਸ਼ਾਅੱਲਾ, ਗੱਬਣ ਬੱਕਰੀ ਹੈ ਇਹ, ਹਰ ਜਾਨਵਰ ਇਹਨਾਂ ਦਾ ਖੂਬਸੂਰਤ, ਚੰਗੇ ਥਣ ਦੀਆਂ ਮਾਲਕਾਂ ਮਾਸ਼ਾਅੱਲਾ। ਤੇ ਆਹ ਵੀ ਪੱਠ ਬੜੀ ਖੂਬਸੂਰਤ, ਪੱਠ ਚੈੱਕ ਕਰਾਓ ਪਰੇ ਆਉਂਦੀ ਪਈ, ਕੱਚੀ ਖੀਰੀ ਪੱਠ ਆ ਹਜੜੀ, ਤੇ ਬਹੁਤ ਸੋਹਣੀ ਪੱਠ ਆ। ਜੇ ਤਾਂ ਕਹਿੰਦੇ ਦੋਂਦੀ ਹੋਣਾ ਮਾਸ਼ਾਅੱਲਾ, ਉਸ ਪੱਠ ਤੇ ਇਹਨਾਂ ਨੇ ਬਣ ਜਾਣਾ ਵਾ, ਦੋਨੇ ਪੱਠਾਂ ਹੀ ਬੜੀਆਂ ਪਿਆਰੀਆਂ ਮਾਸ਼ਾਅੱਲਾ, ਸੋਹਣੇ ਜਾਨਵਰ ਸਾਰੇ, ਖੂਬਸੂਰਤ ਜਾਨਵਰ ਆ। ਭਾਈ ਰਿਆਜ਼ ਕਿੰਨੀ ਕੁ ਦੇਰ ਤੋਂ ਸ਼ੁਰੂ ਕੀਤਾ ਹੋਇਆ ਸ਼ੁਗਲ ਤੁਸੀਂ ਬੱਕਰੀਆਂ? ਤਕਰੀਬਨ ਹੀ ਹੋ ਗਏ 15-16 ਸਾਲ। ਜਾਨਵਰ ਸੋਹਣੇ ਆ ਤੁਹਾਡੇ ਮਾਸ਼ਾਅੱਲਾ, ਬੜੀ ਪਿਆਰੀ ਹੈ ਮਾਸ਼ਾਅੱਲਾ, ਖੂਬਸੂਰਤ ਅੱਧੋ ਸ਼ੋ ਨੂੰ ਚੰਗੀ ਆ, ਬਿਹਤਰੀਨ ਚੀਜ਼ ਆ, ਕੰਨ ਸ਼ਾਨ ਇਹਨੂੰ ਵੀ ਸੋਹਣਾ ਲੱਗਿਆ ਹੋਇਆ ਮਾਸ਼ਾਅੱਲਾ। ਕਿੰਨਾ ਕੁ ਦੁੱਧ ਦੇ ਦਿੰਦੀ? ਉਹ ਡੱਬਾ ਲੈ ਲੈ ਲੈ, ਉਹ ਜੁੱਲੀ ਵਾਲਾ। ਦੁੱਧ ਕਿੰਨਾ ਕੁ ਦੇ ਦਿੰਦੀ ਹੈ? ਦੁੱਧ ਆਇਆ ਇਹਨਾਂ ਥੱਲੇ 2 ਕਿਲੋ ਟਾਈਮ ਦਾ ਮਾਸ਼ਾਅੱਲਾ, 4 ਕਿਲੋ 2 ਟਾਈਮਾਂ ਦਾ। ਹਾਂਜੀ, ਬੜੀ ਗੱਲ ਹੈ, ਸੋਹਣੀ ਬੱਕਰੀ ਮਾਸ਼ਾਅੱਲਾ, ਬੜੀ ਗੱਲ ਹੈ। ਆ ਪਠੋਰਾ ਹੀ ਵੇਖੋ, ਬੜਾ ਪਿਆਰਾ ਇਹਨਾਂ ਕੋਲੇ ਮਾਸ਼ਾਅੱਲਾ। ਅੱਛਾ ਭਾਈ ਰਿਆਜ਼, ਗਰਮੀ ਦੇ ਸਰਦੀ ਦੀ ਨਿਸਬਤ ਗਰਮੀ ਤੁਹਾਨੂੰ
ਬਿਮਾਰੀਆਂ ਜ਼ਿਆਦਾ ਵੇਖਣੀਆਂ ਪੈਂਦੀਆਂ ਜਾਂ ਸਰਦੀ ਜ਼ਿਆਦਾ? ਸਰਦੀ ਜ਼ਿਆਦਾ ਕੰਮ, ਗਰਮੀ ਤੇ ਨਹੀਂ, ਅਟੈਕ ਜ਼ਿਆਦਾ ਹੁੰਦਾ। ਹਾਂ, ਗਰਮੀ ਨੂੰ ਜਾਨਵਰ ਠੀਕ ਬਰਦਾਸ਼ਤ ਕਰਦਾ, ਮੈਦਾਨੀ ਇਲਾਕੇ ਦਾ ਜਾਨਵਰ ਖੂਬਸੂਰਤੀ ਚ ਰਹਿੰਦਾ, ਤੰਦਰੁਸਤ ਰਹਿੰਦਾ ਵਾ। ਹਾਂ, ਚੱਲ ਫਿਰ ਕੇ ਫਿੱਟ ਰਹਿੰਦਾ। ਆ ਪਠੋਰਾ ਖੀਰਾ ਹਜੇ ਇਹਨਾਂ ਦਾ, ਮਾਸ਼ਾਅੱਲਾ ਬਹੁਤ ਪਿਆਰਾ ਪਠੋਰਾ ਇਹ, ਤੇ ਕੱਦ ਹਾਈਟ ਦੇਖੋ ਇਹਦੀ ਕਿੱਡੀ ਆ ਮਾਸ਼ਾਅੱਲਾ, ਕੰਨ ਇਹਦਾ ਵੀ ਕਿੱਡਾ ਪਿਆਰਾ ਲਾਪਰ ਕੰਨ ਲੱਗਿਆ ਹੋਇਆ ਮਾਸ਼ਾਅੱਲਾ ਇਹਨੂੰ, ਬੇਲ ਚੰਗੀ ਸਿੰਘ ਚੱਪੂ ਕੱਢਦਾ ਪਿਆ ਮਾਸ਼ਾਅੱਲਾ, ਬਿਹਤਰੀਨ ਆ। ਜਦੋਂ ਤੱਕ ਇਹਨੇ ਦੋਂਦਾ ਆਣਾ ਉਦੋਂ ਤੱਕ ਬੜਾ ਖੂਬਸੂਰਤ ਬਣ ਜਾਣਾ, ਝੱਲ ਰਿਹਾ ਦੀ ਰੋਈ ਦੇ ਜਾਨਵਰ ਤਰ੍ਹਾਂ ਖੁੱਲੀ ਝੱਲ ਰਿਹਾ ਮਾਸ਼ਾਅੱਲਾ, ਬੜੀ ਖੂਬਸੂਰਤੀ ਦਾ ਮਾਲਕ ਆ ਮਾਸ਼ਾਅੱਲਾ। ਪ੍ਰਿੰਟ ਬੜਾ ਪਿਆਰਾ, ਅੰਮ੍ਰਿਤਸਰੀ ਪਿਓਰ ਆ ਬੱਕਰਾ ਇਹ, ਬਹੁਤ ਸੋਹਣਾ ਮਾਸ਼ਾਅੱਲਾ। ਮੀਨੇ ਸਿੰਘ ਕੱਢਦਾ ਪਿਆ ਪਿੱਛੇ, ਬੜੇ ਪਿਆਰੇ ਸਿੰਘ ਕੱਢਦਾ ਪਿਆ। ਖੀਰਾ ਨਾ ਭਾਈ ਰਿਆਜ਼? ਹਾਂਜੀ, ਖੀਰਾ ਚੈੱਕ ਕਰ ਲਓ। ਹਾਂ ਚੈੱਕ ਕਰੋ, ਕੋਈ ਦੋਸਤ ਇਹ ਨਾ ਆਖੇ ਵੀ ਐਵੇਂ ਵੀਡੀਓ 'ਚ ਛੱਡੀ ਜਾਂਦੇ ਆ, ਵਾਕੇ ਕੱਚਾ ਖੀਰਾ ਦੇਖੋ, ਕੱਚਾ ਖੀਰਾ। ਹਰ ਜਾਨਵਰ ਇਹਦਾ ਚੜ੍ਹਦੇ ਚੜ੍ਹਦਾ, ਉਸ ਵਾ ਪਿੱਛੇ ਪਠੋਰਾ ਖੜਾ ਤੁਹਾਡੇ ਕੋਲ ਚੈੱਕ ਕਰਾਉਣੇ। ਪਠੋਰਾ ਦੇਖੋ ਕਿੱਦਾਂ ਮਾਸ਼ਾਅੱਲਾ ਪਿਆਰਾ। ਕਿੰਨਾ ਚਿਰ ਦਾ ਭਾਈ ਰਿਆਜ਼? ਇਹ ਹੋ ਗਿਆ 3 ਮਹੀਨਿਆਂ 'ਚ ਆਉਂਦਾ, 3 ਕੁ ਦਾ। ਆ 3 ਮਹੀਨਿਆਂ ਦਾ ਪਠੋਰਾ ਮਾਸ਼ਾਅੱਲਾ, ਤੇ ਵੇਖੋ ਕਿੱਡਾ ਖੂਬਸੂਰਤ ਮਾਸ਼ਾਅੱਲਾ, ਕੰਨ ਸ਼ਾਨ ਸੋਹਣਾ ਲੱਗਿਆ ਹੋਇਆ ਇਹਨੂੰ, ਬੜਾ ਪਿਆਰਾ ਪਠੋਰਾ, ਬਿਹਤਰੀਨ। 3 ਮਹੀਨਿਆਂ 'ਚ ਕਿੱਡਾ ਕੱਦ ਹਾਈਟ ਹੈ ਇਹਦੀ ਮਾਸ਼ਾਅੱਲਾ, ਸੋਹਣਾ ਵਾ ਮਾਸ਼ਾਅੱਲਾ। ਪਾਠਾ ਇਹ? ਹਾਂਜੀ, ਆ ਪਾਠਾ ਮਾਸ਼ਾਅੱਲਾ, ਖੀਰੀ ਆ ਹਜੇ, ਖੀਰੀ ਹੈ ਨਾ? ਖੀਰੀ, ਹਾਂ ਖੀਰੀ ਪਾਠਾ ਮਾਸ਼ਾਅੱਲਾ, ਤੇ ਜਦੋਂ ਤੱਕ ਇਹਨੇ ਦੋਂਦੀ ਹੋਣਾ ਫਲਣਾ, ਬੜੀ ਪਿਆਰੀ ਹੋਣੇ, ਵੇਖੋ ਕਿੰਨੇ ਥਣ ਪਿਆਰੇ ਕੱਢੀ ਖੜੀ ਹੈ ਮਾਸ਼ਾਅੱਲਾ, ਵੇਖੋ ਕਿੰਨੇ ਪਿਆਰੇ ਥਣ ਕੱਢੇ ਹੋਏ ਹੋਣੇ ਮਾਸ਼ਾਅੱਲਾ, ਬਹੁਤ ਸੋਹਣੀ ਕੱਦ ਹਾਈਟ ਆ, ਕੰਨ ਸ਼ਾਨ ਇਹਦਾ ਵੀ ਸੋਹਣਾ, ਤੇ ਨਾਗਰੇ ਰੰਗ ਦੀ ਹੈ ਮਾਸ਼ਾਅੱਲਾ, ਬਹੁਤ ਪਿਆਰੀ ਝਾਲਰ ਝਾਲਰ ਇਹਦੀ ਵੀ ਸੋਹਣੀ ਹੈ, ਸ਼ੌਕ ਦੇਖਿਆ ਤੁਸੀਂ ਸਾਰਾ ਹੀ ਮਾਸ਼ਾਅੱਲਾ ਵੱਧ ਤੋਂ ਵੱਧ। ਠੀਕ ਆ ਜੀ, ਅਸਲਾਮ ਅਲੈਕਮ, ਤੁਸੀਂ ਵੀਡੀਓ ਚੈੱਕ ਕਰੋ ਸਾਰੀ ਮਾਸ਼ਾਅੱਲਾ, ਮੈਨੂੰ ਲੱਗਦਾ ਉਮੀਦ ਆ ਭਾਈਆਂ ਦੋਸਤਾਂ ਨੂੰ ਸਹੀ ਲੱਗੀ ਹੋਏਗੀ, ਤੇ ਇੰਤਖਾਬ ਕਰੋ ਵੀ ਪਿਆਰੇ ਜਾਨਵਰ ਆ ਜਾਂ ਐਵੇਂ ਹੀ ਆ।